ਸਤਿ ਸ਼੍ਰੀ ਅਕਾਲ ਦੋਸਤੋ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਮੇਰੇ ਨਵੇਂ ਚੈਨਲ ਯੂਟਿਊਬ ਦੇ ਜਿਹਦਾ ਨਾਮ ਹੈ ਜੀ ਟੈਕ ਪੰਜਾਬੀ 360। ਇਹ ਚੈਨਲ ਜੀ ਜਿੰਨੇ ਵੀ ਟੈਕਨੀਕਲ ਜਿਵੇਂ ਕਿ ਕੰਪਿਊਟਰ ਮੋਬਾਈਲ ਮੈਕ ਆਈਫੋਨ ਜਿੰਨੇ ਵੀ ਟੈਕਨੋਲੋਜੀ ਰਿਲੇਟਡ ਕੋਈ ਵੀ ਪ੍ਰੋਬਲਮ ਦੇ ਇਸ਼ੂ ਦੇ ਉੱਤੇ ਟਟੋਰੀਅਲ ਬਣਾਏ ਜਾਣਗੇ ਉਹ ਸਾਰੇ ਪੰਜਾਬੀ ਵਿੱਚ ਅਤੇ ਫ੍ਰੀ ਹੋਣਗੇ। ਅਤੇ ਅੱਜ ਦਾ ਜਿਹੜਾ ਸਾਡਾ ਪਹਿਲਾ ਇਸ ਚੈਨਲ ਦਾ ਪਹਿਲਾ ਟਟੋਰੀਅਲ ਹੈ ਜਿਹੜਾ ਕੀ ਹੈਗਾ ਜੀ ਆਪਣਾ ਜਿਹੜਾ ਡੇਟਾ ਆ ਉਹ ਕਿਵੇਂ ਰਿਕਵਰ ਕੀਤਾ ਜਾਵੇ, ਕਿਉਂਕਿ ਸਾਡੇ ਕੋਲ ਕਈ ਵਾਰੀ ਮੈਮਰੀ ਕਾਰਡ ਜਾਂ ਪੈਨ ਡਰਾਈਵ ਜਾਂ ਹਾਰਡ ਡਿਸਕ 'ਚੋਂ ਕਈ ਵਾਰੀ ਡੇਟਾ ਫੋਰਮੈਟ ਹੋ ਜਾਂਦਾ ਆ, ਅਤੇ ਉਹ ਡੇਟਾ ਫੋਰਮੈਟ ਹੋਣ ਤੋਂ ਬਾਅਦ ਜਾਂ ਡਿਲੀਟ ਹੋਣ ਤੋਂ ਬਾਅਦ ਉਹਨੂੰ ਵਾਪਸ ਕਿਵੇਂ ਲਿਆ ਜਾਵੇ, ਅਤੇ ਉਸ ਬਾਰੇ ਮੈਂ ਤੁਹਾਨੂੰ ਦੱਸੂੰਗਾ ਕਿਵੇਂ ਰਿਕਵਰ ਕੀਤਾ ਜਾਵੇ। ਅਤੇ ਇਹ ਮੇਰਾ ਪਹਿਲਾ ਟਟੋਰੀਅਲ ਹੈ ਜੀ, ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇੱਦਾਂ ਹੀ ਵਧੀਆ ਵਧੀਆ ਟਟੋਰੀਅਲ ਬਣਾਉਂਦਾ ਰਹਾਂ ਉਹ ਵੀ ਪੰਜਾਬੀ ਵਿੱਚ ਆਪਣੀ ਮਾਂ ਬੋਲੀ ਵਿੱਚ, ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਮੇਰੇ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਕਰਿਓ ਕਿਵੇਂ ਦੇ ਲੱਗੇ ਤੁਹਾਨੂੰ ਮੇਰੇ ਵੀਡੀਓ। ਜੇ ਤੁਸੀਂ ਮੈਨੂੰ ਸਪੋਰਟ ਕਰੋਗੇ ਤਾਂ ਹੀ ਮੈਂ ਹੋਰ ਅੱਗੋਂ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗਾ। ਅਤੇ ਚਲੋ ਸ਼ੁਰੂ ਕਰ ਦਿਆਂ ਜੀ। ਅਤੇ ਇਸ ਲਈ ਮੇਰੇ ਕੋਲ ਇੱਕ ਪੈਨ ਡਰਾਈਵ ਹੈ ਜੋ ਕਿ ਮੇਰੇ ਕੰਪਿਊਟਰ ਵਿੱਚ ਲੱਗੀ ਹੋਈ ਹੈ, ਇਹਦੇ 'ਚ ਕੁਛ ਹਾਰਡ ਫਾਈਲਾਂ ਆ ਅਤੇ ਇਹਦੇ ਵਾਸਤੇ ਮੈਂ ਯੂਜ਼ ਕਰ ਰਿਹਾ ਹਾਂ ਸੋਫਟਵੇਅਰ ਜਿਹਦਾ ਨਾਮ ਹੈ ਜੀ ਆਈ ਕੇਅਰ ਡੇਟਾ ਰਿਕਵਰੀ। ਇਹ ਤਾਂ ਵਰਜਨ ਹੈ ਜੀ 5.1 ਅਤੇ ਇਹਦੇ ਨਾਲ ਦਾ ਨਵਾਂ ਵਰਜਨ 7 ਚੱਲ ਰਿਹਾ ਹੈ ਓਫੀਸ਼ੀਅਲ ਵੈਬਸਾਈਟ 'ਤੇ। ਅਤੇ ਮੈਂ ਤੁਹਾਨੂੰ ਇਹੀ ਰੈਕਮੈਂਡ ਕਰੂੰਗਾ ਜੀ ਕਿਉਂਕਿ ਇਹਦੇ ਨਾਲ ਕਾਫੀ ਸਾਰੇ ਆਪਸ਼ਨ ਮਿਲ ਜਾਂਦੇ ਆਪਾਂ ਨੂੰ ਰਿਕਵਰ ਕਰਨ ਦੇ। ਅਤੇ ਤੁਹਾਨੂੰ ਵੀ ਅਗਰ ਇਹ ਸੋਫਟਵੇਅਰ ਚਾਹੀਦਾ ਹੈ ਤਾਂ ਮੇਰੀ ਵੀਡੀਓ ਡਿਸਕ੍ਰਿਪਸ਼ਨ ਦੇ ਨੀਚੇ ਇਸ ਦਾ ਲਿੰਕ ਹੈ ਜੀ, ਜਾ ਕੇ ਮੇਰੀ ਵੈਬਸਾਈਟ pdhacker.com ਤੋਂ ਡਾਊਨਲੋਡ ਕਰ ਲਿਓ। ਉਹਦੇ ਵਿੱਚ ਨਾਲ ਹੀ ਤੁਹਾਨੂੰ ਇੱਕ ਕੀ ਮਿਲੇਗੀ, ਇੱਥੇ ਜਾ ਕੇ ਤੁਸੀਂ ਜਦੋਂ ਇੰਸਟਾਲ ਕਰੋਗੇ ਇੱਥੇ ਤੁਹਾਨੂੰ ਇੱਕ ਕੀ ਦਾ ਆਪਸ਼ਨ ਆਏਗਾ ਰਜਿਸਟ੍ਰੇਸ਼ਨ ਦਾ, ਜਦੋਂ ਤੁਸੀਂ ਉਹ ਕੀ ਖੋਲ੍ਹ ਕੇ ਦੇ ਵਿੱਚ ਪਾ ਲਓਗੇ ਤਾਂ ਤੁਹਾਡਾ ਐਕਟੀਵੇਟਡ ਹੋ ਜਾਏਗਾ। ਅਤੇ ਚਲਿਓ ਦੋਸਤੋ ਜ਼ਰਾ ਟਾਈਮ ਸ਼ੁਰੂ ਨਾ ਸੋਰੀ ਵੇਸਟ ਨਾ ਕਰਦੇ ਹੋਏ ਮੈਂ ਸ਼ੁਰੂ ਕਰਦਾ ਜੀ। ਅਤੇ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹਨਾਂ ਬਾਰੇ ਥੋੜ੍ਹਾ ਬਹੁਤ ਦੱਸ ਦਵਾਂ। ਜਿਹੜਾ ਲੋਸਟ ਪਾਰਟੀਸ਼ਨ ਰਿਕਵਰੀ ਹੈ ਇਸ ਵਿੱਚ ਜੇ ਤੁਹਾਡੇ ਪਾਰਟੀਸ਼ਨ ਕੋਈ ਹਾਰਡ ਡਰਾਈਵ ਦੀ ਪਾਰਟੀਸ਼ਨ ਜਾਂ ਪੈਨ ਡਰਾਈਵ ਦੀ ਪਾਰਟੀਸ਼ਨ ਮੋਸਟਲੀ ਇਹ ਹਾਰਡ ਡਰਾਈਵ ਵਾਸਤੇ ਹੀ ਹੁੰਦਾ ਆ, ਆਪਣੇ ਜਦੋਂ ਪਾਰਟੀਸ਼ਨ ਲੋਸਟ ਹੋ ਜਾਂਦੇ ਆ ਉਹਨਾਂ ਨੂੰ ਰਿਕਵਰ ਕਰਨ ਵਾਸਤੇ ਆ। ਐਡਵਾਂਸ ਫਾਈਲ ਵਿੱਚ ਥੋੜ੍ਹਾ ਜਿਹਾ ਐਡਵਾਂਸ ਕਰਕੇ ਫਾਈਲਾਂ ਨੂੰ ਰਿਕਵਰ ਕਰਦਾ, ਮੇਨ ਸਾਡੇ ਆ ਦੋਨੋਂ ਆ। ਜਿਹੜਾ ਡੀਪ ਸਕੈਨ ਹੈ ਜੀ ਇਹ ਲਗਭਗ ਜਿੰਨਾ ਵੀ ਪੁਰਾਣੇ ਤੋਂ ਪੁਰਾਣਾ ਡੇਟਾ ਪੈਨ ਡਰਾਈਵ ਜਾਂ ਮੈਮਰੀ ਕਾਰਡ 'ਚ ਹੋਏਗਾ ਔਰ ਪੂਰਾ ਮਤਲਬ ਉਹਨੂੰ ਗਹਿਰਾਈਆਂ ਤੋਂ ਕੱਢ ਕੇ ਲਿਆਏਗਾ। ਇਹ ਰਿਕਵਰੀ ਬਹੁਤ ਹੀ ਵਧੀਆ ਰਿਕਵਰੀ ਹੈ ਜੀ, ਇਹਦੇ ਵਿੱਚ ਤੁਹਾਡੀ MP3 IMG ਹੋਰ ਵੀਡੀਓ ਫਾਈਲਾਂ ਜਿੰਨੀਆਂ ਵੀ ਡਾਕੂਮੈਂਟ ਫਾਈਲਾਂ ਸਭ ਰਿਕਵਰ ਹੋਣਗੀਆਂ। ਇਹ ਫੋਰਮੈਟ ਰਿਕਵਰੀ ਹੈ ਜੀ ਜੇ ਤੁਹਾਡਾ ਬਾਈ ਚਾਂਸ ਮੈਮਰੀ ਕਾਰਡ ਜਾਂ ਪੈਨ ਡਰਾਈਵ ਤੁਹਾਡੇ ਤੋਂ ਫੋਰਮੈਟ ਵੱਜ ਗਿਆ ਅਤੇ ਉਹ ਤੁਸੀਂ ਰਿਕਵਰ ਕਰ ਸਕਦੇ ਹੋ। ਜਿਹੜਾ ਐਡਵਾਂਸ ਫਾਈਲ ਹੈ ਉਹ 'ਚ ਤੁਸੀਂ ਡਿਲੀਟ ਵਾਲੀਆਂ ਫਾਈਲਾਂ ਕਰ ਸਕਦੇ ਹੋ ਅਤੇ ਇਹਦੇ ਤੁਸੀਂ ਫੋਰਮੈਟ ਠੀਕ ਹੈ ਜੀ। ਅਤੇ ਚਲੋ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਟਟੋਰੀਅਲ ਦਿਖਾਉਂਦਾ ਰਿਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਫੋਰਮੈਟ। ਖਾਲੀ ਹੋ ਚੁੱਕੀ ਹੈ ਬਿਲਕੁਲ। ਮੈਂ ਫੋਰਮੈਟ ਰਿਕਵਰੀ ਕਰੂੰਗਾ ਜੀ।
ਠੀਕ ਹੈ ਜੀ, ਰਨ ਐਡਮਿਨਿਸਟ੍ਰੇਟਰ 'ਚ ਕਰਨਾ ਸੀ, ਮੇਰੇ ਤੋਂ ਗਲਤੀ ਨਾਲ ਸਿੱਧਾ ਹੀ ਹੋ ਗਿਆ। ਚਲੋ ਇਸ ਵਿੱਚ ਮੈਂ ਪਹਿਲੇ ਫਾਰਮੈਟ ਰਿਕਵਰੀ 'ਚ ਆਇਆ, ਉਸ ਤੋਂ ਬਾਅਦ 7.63 ਮੇਰੀ 8 GB ਦੀ ਪੈਨ ਡਰਾਈਵ ਹੈ ਔਰ ਸੈਨਡਿਕਸ ਦੀ ਹੈ ਜੀ। ਅਤੇ ਇੱਥੇ ਕਲਿੱਕ ਕਰਦੇ ਹਾਂ ਰਿਕਵਰ। ਇੱਥੇ ਟਾਈਮ ਲੱਗੇਗਾ, ਜਿੰਨੀ ਵੱਡੀ ਤੁਹਾਡੀ ਪੈਨ ਡਰਾਈਵ, ਮੈਮਰੀ ਕਾਰਡ ਜਾਂ ਹਾਰਡ ਡਿਸਕ ਹੋਵੇਗੀ, ਇਹ ਓਨਾ ਹੀ ਜ਼ਿਆਦਾ ਟਾਈਮ ਲਏਗਾ। ਅਤੇ ਦੋਸਤੋ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਾਂ ਕਿ ਜਦੋਂ ਵੀ ਤੁਸੀਂ ਰਿਕਵਰੀ ਇੱਕ ਵਾਰੀ ਲਗਾਤੀ, ਉਸ ਤੋਂ ਬਾਅਦ ਤੁਸੀਂ ਉਹਨੂੰ ਵਿੱਚੋਂ ਕੈਂਸਲ ਨਹੀਂ ਕਰਨਾ। ਜਿਵੇਂ ਮੰਨ ਲਓ ਹੁਣ ਰਿਕਵਰੀ ਹੋ ਗਈ ਹੈ, ਅਤੇ ਇੱਦਾਂ ਤੁਸੀਂ ਕੈਂਸਲ ਕਰ ਦਿੰਦੇ ਹੋ, ਅਤੇ ਇਹਦੇ ਨਾਲ ਜਿਹੜੀ ਤੁਸੀਂ ਡਰਾਈਵ 'ਚੋਂ ਰਿਕਵਰ ਕਰ ਰਹੇ ਹੋ, ਪੈਨ ਡਰਾਈਵ, ਮੈਮਰੀ ਕਾਰਡ ਜਾਂ ਹਾਰਡ ਡਰਾਈਵ, ਉਹ ਵੀ ਖਰਾਬ ਹੋਏਗੀ ਹੋਏਗੀ। ਅਤੇ ਦੂਸਰਾ, ਜਿਹੜੇ ਕੰਪਿਊਟਰ ਤੋਂ, ਜਿਵੇਂ ਮੈਂ ਆਪਣੇ ਲੈਪਟੋਪ ਤੋਂ ਕਰ ਰਿਹਾ, ਉਹਦੀ ਹਾਰਡ ਡਰਾਈਵ ਵੀ ਕਰਪਟ ਹੋ ਸਕਦੀ ਹੈ। ਅਤੇ ਮੇਰੀ ਬੇਨਤੀ ਹੈ ਜੀ, ਇਹਨੂੰ ਪੂਰਾ ਕੰਪਲੀਟ ਹੋਣ ਦਿਓ, ਤਾਂ ਜੋ ਤੁਹਾਡਾ ਜਿਹੜਾ ਕੋਈ ਵੀ ਸਿਸਟਮ ਹੈ ਜਾਂ ਮੈਮਰੀ ਕਾਰਡ ਜਾਂ ਪੈਨ ਡਰਾਈਵ ਖਰਾਬ ਨਾ ਹੋਵੇ। ਅਤੇ ਮੈਂ ਇੱਥੇ ਥੋੜ੍ਹੀ ਦੇਰ ਵੀਡੀਓ ਪੋਸਟ ਕਰਦਾ, ਤਾਂ ਜੋ ਇਹ ਟਟੋਰੀਅਲ ਥੋੜ੍ਹਾ ਲੰਬਾ ਨਾ ਹੋ ਜਾਏ। ਅਤੇ ਉਸ ਤੋਂ ਬਾਅਦ ਤੁਹਾਨੂੰ ਰੋ ਫਾਈਲਸ ਮਿਲੇਗੀ, ਉਹਦੇ ਵਿੱਚ ਤੁਹਾਡਾ ਸਾਰਾ ਜਿਹੜਾ ਵੀ ਡੇਟਾ ਆ, ਉਹ ਪੁਰਾਣੇ ਤੋਂ ਪੁਰਾਣਾ ਡੇਟਾ ਵੀ ਰਿਕਵਰ ਕਰ ਦੇਗਾ। ਮੈਂ ਤੁਸੀਂ ਦੇਖਣਾ ਮੇਰਾ ਕਿਹੜਾ ਡੇਟਾ ਇੰਪੋਰਟੈਂਟ ਵਾਲਾ। ਇੱਕ MP4 ਸੀ, ਇੱਕ ਕੁਛ ਵੀ ਦੇਖ ਲੈਂਦੇ ਹਾਂ। ਔਰ ਇਹ ਸਭ ਨੂੰ ਸੇਵ ਕਰਦੇ ਹਾਂ ਪਹਿਲੇ ਤਾਂ, ਇਹਨੇ ਕਾਫੀ ਪੁਰਾਣਾ ਡੇਟਾ ਮੇਰਾ ਰਿਕਵਰ ਕਰਤਾ, ਜੋ ਕਿ ਵਧੀਆ ਗੱਲ ਵੀ ਹੈ। ਮੈਂ ਇਸ ਫੋਲਡਰ 'ਚ ਸੇਵ ਕਰ ਰਿਹਾ, ਅਤੇ ਦੇਖਦੇ ਹਾਂ ਰਿਕਵਰ ਹੋ ਪਾਇਆ ਕਿ ਨਹੀਂ। ਫਾਈਲ, ਇੱਕ ਤਾਂ ਫਾਈਲ ਮਿਲ ਗਈ ਜਿਹੜੀ ਮੇਰੀ ਉਹਦੇ ਵਿੱਚ ਸੀ, ਔਰ ਆ ਗਾਣਾ ਸੀ, ਦੇਖ ਸਕਦੇ ਹੋ ਦੋਸਤੋ। ਇਹਨੇ ਕੁੱਲ ਮਿਲਾ ਕੇ ਆਪਣਾ ਕੰਮ ਤਾਂ ਪੂਰਾ ਕੀਤਾ ਆ, ਬਾਕੀ ਜਿੰਨਾ ਵੀ ਪੁਰਾਣੇ ਤੋਂ ਪੁਰਾਣਾ ਡੇਟਾ ਇਹਨੇ ਉਹ ਵੀ ਵਾਪਸ ਲੈ ਆਉਂਦਾ, ਜੋ ਕਿ ਵਧੀਆ ਗੱਲ ਹੈ। ਤੁਸੀਂ ਇਹਦੇ 'ਚੋਂ ਆਪਣੇ ਹਿਸਾਬ ਨਾਲ ਜਿਹੜਾ ਤੁਹਾਨੂੰ ਡੇਟਾ ਚਾਹੀਦਾ ਆ, HTML ਫਾਈਲ ਚਾਹੀਦੀ ਹੈ, CHM ਫਾਈਲ ਚਾਹੀਦੀ ਹੈ, JPEG ਜਿਹੜੀ ਆਪਣੀ ਫੋਟੋ ਹੋ ਗਈ, ਆਈਕਨਸ ਹੋ ਗਏ, ਜਿਹੜੀ ਜਿਹੜੀ ਤੁਹਾਨੂੰ ਫਾਈਲਾਂ ਚਾਹੀਦੀਆਂ, ਉਹਨਾਂ ਨੂੰ ਤੁਸੀਂ ਰਿਕਵਰ ਕਰ ਸਕਦੇ ਹੋ। ਅਤੇ ਸੇਵ ਕਰਨ ਤੋਂ ਬਾਅਦ ਆਪਣੇ ਵਾਪਸ ਪੈਨ ਡਰਾਈਵ ਜਾਂ ਉਹ ਮੈਮਰੀ ਕਾਰਡ ਜਾਂ ਹਾਰਡ ਡਰਾਈਵ 'ਚ ਪਾ ਸਕਦੇ ਹੋ। ਅਤੇ ਦੋਸਤੋ ਜੇ ਤੁਹਾਡਾ ਡੇਟਾ ਇਸ ਫੋਰਮੈਟ 'ਚੋਂ ਨਾ ਲੱਭੇ, ਵਿੰਡੋ ਸੋਰੀ ਫੋਰਮੈਟ ਰਿਕਵਰੀ 'ਚੋਂ, ਫਿਰ ਤੁਸੀਂ ਡੀਪ ਸਕੈਨ ਕਰਕੇ ਲੱਭ ਸਕਦੇ ਹੋ। ਤੁਹਾਡਾ ਦੋਨਾਂ ਵਿੱਚੋਂ ਕਿਸੇ ਨਾ ਕਿਸੇ ਤੋਂ ਡੇਟਾ ਪੱਕਾ ਹੀ, ਮਤਲਬ ਮੇਰਾ ਪੱਕਾ ਸ਼ਿਓਰ ਹੈ ਕਿ ਮਿਲੇਗਾ। ਅਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ, ਅਤੇ ਕਮੈਂਟ 'ਚ ਆਪਣੇ ਵਿਚਾਰ ਲਿਖਿਓ, ਅਤੇ ਮੈਨੂੰ ਸਪੋਰਟ ਕਰਨ ਲਈ ਮੇਰੇ ਚੈਨਲ ਸਬਸਕ੍ਰਾਈਬ ਕਰਿਓ, ਤਾਂ ਜੋ ਮੈਂ ਹੋਰ ਵੱਧ ਤੋਂ ਵੱਧ ਇਸ ਟੈਕਨੋਲੋਜੀ ਰਿਲੇਟਡ ਵੀਡੀਓ ਪਾ ਸਕਾਂ। ਅਤੇ ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਕੁਐਸਚਨ ਹੋਵੇ ਤਾਂ ਮੈਨੂੰ ਕਮੈਂਟ 'ਚ ਲਿਖ ਸਕਦੇ ਹੋ। ਅਤੇ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਹੀ ਧੰਨਵਾਦ, ਇਜਾਜ਼ਤ ਦਿਓ।